इस समय पंजाब विच हाड़ी दी फसल दी खरीद दा काम आखरी पड़ा ते है। इस बार पहली बार किसानां नूं कणक दी खरीद दी रकम सीधी अदायगी उहनां दे खातिआं विच प्राप्त हुई, जिस नाल किसानां नूं बहुत फायदा होया। पटियाला जिले दे पिंड हसनपुर दे किसान सुरेंद्र सिंह अते पिंड नोदीपुर दे राजेश कुमार गोयल ने अपने खातिआं विच अदायगी दी रकम आउण ते खुशी जाहर कीती अते सरकार दा धन्नवाद कीता। ਨਾਮ ਸੁਰਿੰਦਰ ਸਿੰਘ, ਹਾਂਜੀ, ਪਿੰਡ ਹਸਨਪੁਰ ਸਰਹੰਦ ਰੋਡ, ਜ਼ਿਲ੍ਹਾ ਪਟਿਆਲਾ। ਅਸੀਂ ਸਰਕਾਰ ਦੇ ਜਿਹੜੀ ਕਣਕ ਵੇਚੀ ਆ ਇਹਦੇ ਬਹੁਤ ਧੰਨਵਾਦੀ ਹਾਂ। ਸਾਡੇ 48 ਘੰਟੇ ਦੇ ਵਿੱਚ ਵਿੱਚ ਆਪਣੇ ਸਾਰੀ ਪੇਮੈਂਟ ਆਪਣੇ ਖਾਤੇ ਸਾਡੇ ਪਹੁੰਚਦੀ ਹੈ। ਮੈਂ ਰਾਜੇਸ਼ ਕੁਮਾਰ, ਪਿੰਡ ਲੰਬੀਪੁਰ। ਮੈਂ ਆਪਣੀ ਫਸਲ ਪਟਿਆਲੇ ਅਨਾਜ ਮੰਡੀ ਵਿੱਚ ਲੈ ਕੇ ਆਇਆ ਸੀ, ਜੋ ਕਿ ਬਹੁਤ ਵਧੀਆ ਤਰੀਕੇ ਨਾਲ ਵਿਕ ਚੁੱਕੀ ਹੈ। ਉਹਦੀ ਪੇਮੈਂਟ ਮੈਨੂੰ 48 ਘੰਟਿਆਂ ਵਿੱਚ ਮੇਰੇ ਖਾਤੇ ਵਿੱਚ ਆ ਗਈ ਹੈ। ਮੈਂ ਸਰਕਾਰ ਦਾ, ਵਾਪਰੀ ਕਮੇਟੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ।